ਸਤਿ ਸ਼੍ਰੀ ਅਕਾਲ, ਨਮਸਕਾਰ। ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ, ਮੈਂ ਵਿਸ਼ਾਖਾ ਸ਼ਰਮਾ। ਸਾਡੇ ਇਸ ਖਾਸ ਪ੍ਰੋਗਰਾਮ ਸੰਜੀਵਨੀ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਸੋ ਇਸ ਸ਼ੋਅ ਦੇ ਵਿੱਚ ਤੁਹਾਨੂੰ ਗੰਭੀਰ ਬਿਮਾਰੀਆਂ ਤੋਂ ਦੂਰ ਰੱਖਣ ਦੇ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਵੱਖ ਵੱਖ ਬਿਮਾਰੀਆਂ ਸੰਬੰਧੀ ਜਾਗਰੂਕ ਕਰੀਏ ਤਾਂ ਕਿ ਤੁਸੀਂ ਤੰਦਰੁਸਤ ਰਹੋ। ਬਰਸਾਤਾਂ ਦੇ ਸਮੇਂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਾਂ ਫਿਰ ਵਾਇਰਸ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਨੇ ਅਤੇ ਬਰਸਾਤੀ ਪਾਣੀ ਤੋਂ ਪੈਦਾ ਹੋਣ ਵਾਲਾ ਇੱਕ ਪਰੇਸ਼ਾਨੀ ਦਾ ਕਾਰਨ ਹੈ ਡੇਂਗੂ ਦਾ ਮੱਛਰ, ਜਿਸ ਕਾਰਨ ਕਈ ਲੋਕਾਂ ਦੀ ਹੁਣ ਤੱਕ ਜਾਨ ਵੀ ਜਾ ਚੁੱਕੀ ਹੈ। ਡੇਂਗੂ ਦਾ ਮੱਛਰ ਖੜ੍ਹੇ ਪਾਣੀ ਦੇ ਵਿੱਚ ਜ਼ਿਆਦਾ ਵੱਧਦਾ ਹੈ ਅਤੇ ਡੇਂਗੂ ਦਾ ਲਾਰਵਾ ਫੈਲਦਾ। ਮੱਛਰ ਦੇ ਕੱਟਣ ਦੇ ਨਾਲ ਇਹ ਹੌਲੀ ਹੌਲੀ ਫੈਲਦਾ ਰਹਿੰਦਾ, ਜਿਸ ਕਾਰਨ ਇਸ 'ਤੇ ਕੰਟਰੋਲ ਕਰਨਾ ਵੀ ਔਖਾ ਹੋ ਜਾਂਦਾ। ਸੋ ਅੱਜ ਅਸੀਂ ਇਸ ਦੇ ਸੰਬੰਧੀ ਸਾਰੀ ਜਾਣਕਾਰੀ ਜਾਣਾਂਗੇ। ਤੁਸੀਂ ਬਿਮਾਰੀ ਦੇ ਫੈਲਣ ਨੂੰ ਕਿਵੇਂ ਰੋਕ ਸਕਦੇ ਹੋ ਅਤੇ ਮਾਹਿਰ ਡਾਕਟਰ ਤੋਂ ਇਸਦਾ ਇਲਾਜ ਵੀ ਜਾਣਾਂਗੇ। ਸਭ ਤੋਂ ਪਹਿਲਾਂ ਗ੍ਰਾਫਿਕਸ ਦੇ ਜ਼ਰੀਏ ਸਮਝਦੇ ਹਾਂ ਕਿ ਖਤਰਨਾਕ ਡੇਂਗੂ ਕੀ ਹੈ ਅਤੇ ਇਸ ਦੇ ਨਾਲ ਕੀ ਜਿਹੜੇ ਪ੍ਰਭਾਵ ਉਹ ਬਣਦੇ ਨੇ। ਖਤਰਨਾਕ ਬਿਮਾਰੀ ਹੈ ਡੇਂਗੂ। ਡੇਂਗੂ ਦਾ ਰੋਗ ਜਾਨਲੇਵਾ ਹੈ। ਡੇਂਗੂ ਬੁਖਾਰ ਨੂੰ ਹੱਡ ਤੋੜ ਬੁਖਾਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਬਿਮਾਰੀ ਕਾਫੀ ਜ਼ਿਆਦਾ ਬੁਖਾਰ ਜਿਹਦਾ ਇਹਦਾ ਪਹਿਲਾ ਲੱਛਣ ਹੈ। ਪੀੜਤ ਦੇ ਸਰੀਰ ਵਿੱਚ ਹੱਡੀਆਂ ਟੁੱਟਣ ਵਾਲਾ ਦਰਦ ਹੁੰਦਾ, ਇਸ ਕਰਕੇ ਇਸਨੂੰ ਇਹ ਕਾਫੀ ਖਤਰਨਾਕ ਮੰਨਿਆ ਗਿਆ। ਡੇਂਗੂ ਏਡੀਜ਼ ਐਜਿਪਟੀ ਮੱਛਰ ਦੇ ਕਾਰਨ ਹੁੰਦਾ ਹੈ। ਇਹਨਾਂ ਮੱਛਰਾਂ ਦੇ ਸਰੀਰ 'ਤੇ ਛਿੱਤੇ ਵਰਗੀਆਂ ਧਾਰੀਆਂ ਹੁੰਦੀਆਂ ਨੇ, ਜਿਹਨੂੰ ਡੇਂਗੂ ਦਾ ਮੱਛਰ ਕਿਹਾ ਜਾਂਦਾ। ਡੇਂਗੂ ਦਾ ਮੱਛਰ ਜ਼ਿਆਦਾਤਰ ਦਿਨ ਵੇਲੇ ਹੀ ਕੱਟਦਾ। ਤੁਹਾਨੂੰ ਦੱਸ ਦਈਏ ਕਿ ਦਿਨ ਵੇਲੇ ਇਹ ਮੱਛਰ ਜ਼ਿਆਦਾ ਐਕਟਿਵ ਹੁੰਦਾ। ਡੇਂਗੂ ਦਾ ਮੱਛਰ ਬਰਸਾਤ ਦੇ ਮੌਸਮ ਵਿੱਚ ਵੱਧਦਾ ਅਤੇ ਡੇਂਗੂ ਬੁਖਾਰ ਦੀਆਂ ਕਿਸਮਾਂ ਜੋ ਨੇ, ਕਲਾਸੀਕਲ ਡੇਂਗੂ ਬੁਖਾਰ ਯਾਨੀ ਕਿ CDF, ਇਹ ਠੰਡ ਨਾਲ ਬੁਖਾਰ ਹੋਣਾ, ਜੋੜਾਂ ਮਾਸਪੇਸ਼ੀਆਂ ਦੇ ਵਿੱਚ ਦਰਦ ਅਤੇ ਸਿਰ ਦਰਦ ਹੋਣਾ ਇਸ CDF ਦੇ ਲੱਛਣ ਨੇ, ਯਾਨੀ ਕਿ ਕਲਾਸੀਕਲ ਡੇਂਗੂ ਬੁਖਾਰ ਦੇ ਲੱਛਣ ਨੇ। ਬਹੁਤ ਕਮਜ਼ੋਰ ਮਹਿਸੂਸ ਕਰਦਾ, ਇਹ ਡੇਂਗੂ ਦੀ ਇੱਕ ਸਧਾਰਨ ਕਿਸਮ ਹੈ। ਡੇਂਗੂ ਬੁਖਾਰ ਦੀ ਸਧਾਰਨ ਕਿਸਮ ਹੈ ਕਲਾਸੀਕਲ ਡੇਂਗੂ ਬੁਖਾਰ CDF, ਜਿਸ ਦਾ ਕਾਰਨ ਵੀ ਹੈ ਕਿ ਦਿਨ ਵੇਲੇ ਜੋ ਇਹ ਮੱਛਰ ਕੱਟਦਾ, ਜਿਸ ਨਾਲ ਕਾਫੀ ਜ਼ਿਆਦਾ ਜਿਹੜੇ ਲੋਕ ਪ੍ਰਭਾਵਿਤ ਹੁੰਦੇ ਨੇ। ਮਰੀਜ਼ ਨੂੰ 5 ਤੋਂ 7 ਦਿਨਾਂ ਤੱਕ ਬੁਖਾਰ ਰਹਿ ਸਕਦਾ ਹੈ ਕਲਾਸੀਕਲ ਡੇਂਗੂ ਬੁਖਾਰ ਯਾਨੀ CDF ਦੇ ਵਿੱਚ। ਇਸ ਤੋਂ ਬਾਅਦ ਮਰੀਜ਼ ਦਵਾਈਆਂ ਦੇ ਨਾਲ ਹੀ ਠੀਕ ਹੋ ਜਾਂਦਾ। ਇੱਕ ਸਧਾਰਨ ਕਿਸਮ ਹੈ ਡੇਂਗੂ ਦੀ। ਅਤੇ ਦੂਸਰਾ ਮਾਮਲਾ DHF ਯਾਨੀ ਕਿ ਡੇਂਗੂ ਹੈਮੋਰੇਜਿਕ, ਜਿਸ ਦੇ ਲੱਛਣ ਵੀ ਕਾਫੀ ਜ਼ਿਆਦਾ ਗੰਭੀਰ ਹੁੰਦੇ ਨੇ। ਤੇਜ਼ ਬੁਖਾਰ ਹੋਣ 'ਤੇ ਵੀ ਇੱਥੇ ਬੇਚੈਨੀ ਲੱਗੀ ਰਹਿੰਦੀ ਹੈ ਮਰੀਜ਼ ਨੂੰ। ਡੇਂਗੂ ਸ਼ੌਕ ਸਿੰਡਰੋਮ ਯਾਨੀ 3 ਕਿਸਮਾਂ ਨੇ ਇਸ ਡੇਂਗੂ ਦੀਆਂ ਅਤੇ 3 ਕਿਸਮਾਂ ਵੱਖਰੀਆਂ ਵੱਖਰੀਆਂ ਨੇ, ਜਿਸ ਦੇ ਵਿੱਚ ਪਹਿਲੀ ਕਿਸਮ ਹੈ ਉਹ ਬਹੁਤ ਸਧਾਰਨ ਕਿਸਮ ਹੈ ਅਤੇ ਲੇਕਿਨ 2 ਜਿਹੜੀਆਂ ਕਿਸਮਾਂ ਨੇ ਉਹ ਕਾਫੀ ਜ਼ਿਆਦਾ ਖਤਰਨਾਕ ਸਾਬਿਤ ਹੋ ਜਾਂਦੀਆਂ ਨੇ। ਡੇਂਗੂ ਫੈਲਣ ਦਾ ਕਾਰਨ ਹੈ ਬਰਸਾਤ ਦੇ ਪਾਣੀ ਵਿੱਚ ਡੇਂਗੂ ਦਾ ਮੱਛਰ ਫੈਲਦਾ ਹੈ। ਇਸ ਕਰਕੇ ਬਰਸਾਤੀ ਪਾਣੀ ਨੂੰ ਜਮ੍ਹਾਂ ਨਾ ਹੋਣ ਦਿਓ। ਗਮਲੇ ਦੇ ਵਿੱਚ ਜਾਂ ਫਿਰ ਕੂਲਰਾਂ ਟਾਇਰਾਂ ਆਦਿ ਇਹਦੇ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿਓ। ਜਮ੍ਹਾਂ ਹੋਏ ਪਾਣੀ ਦੇ ਵਿੱਚ ਪੈਦਾ ਹੁੰਦਾ ਇਹ ਡੇਂਗੂ ਦਾ ਮੱਛਰ, ਜਿਸ ਕਾਰਨ ਬਹੁਤ ਸਾਰੇ ਬੱਚੇ ਵੀ ਪ੍ਰਭਾਵਿਤ ਹੋ ਜਾਂਦੇ ਨੇ। ਜੇ ਮੱਛਰ ਦੇ ਵਿੱਚ ਵਾਇਰਸ ਨਹੀਂ ਹੈ ਤਾਂ ਉਸਦੇ ਕੱਟਣ ਨਾਲ ਡੇਂਗੂ ਨਹੀਂ ਫੈਲੇਗਾ, ਲੇਕਿਨ ਜੇ ਇਹੀ ਮੱਛਰ ਇਹ ਕਿਸੇ ਸੰਕ੍ਰਮਿਤ ਵਿਅਕਤੀ ਨੂੰ ਕੱਟਦਾ ਤਾਂ ਉਹੀ ਮੱਛਰ ਦੂਸਰੇ ਵਿਅਕਤੀ ਤੱਕ ਡੇਂਗੂ ਫੈਲਾ ਦਿੰਦਾ। ਇਸ ਲੜੀ ਦੇ ਨਾਲ ਡੇਂਗੂ ਹੌਲੀ ਹੌਲੀ ਫੈਲਦਾ ਰਹਿੰਦਾ। ਜੇ ਮਰੀਜ਼ ਨੂੰ 102 ਡਿਗਰੀ ਤੱਕ ਬੁਖਾਰ ਹੋਣ 'ਤੇ ਮਰੀਜ਼ ਦੇ ਮੱਥੇ 'ਤੇ ਪਾਣੀ ਦੀਆਂ ਪੱਟੀਆਂ ਰੱਖੋ ਤਾਂ ਜੋ ਬੁਖਾਰ ਜ਼ਿਆਦਾ ਨਾ ਵਧੇ। ਮਰੀਜ਼ ਨੂੰ ਸਿਹਤਮੰਦ ਭੋਜਨ ਦਿਓ, ਮਰੀਜ਼ ਨੂੰ ਆਰਾਮ ਕਰਨ ਦਿਓ। ਡਾਕਟਰੀ ਸਲਾਹ ਤੋਂ ਬਿਨਾਂ ਕੋਈ ਵੀ ਘਰੇਲੂ ਨੁਸਖਾ ਨਾ ਅਪਣਾਓ, ਕੋਈ ਵੀ ਘਰੇਲੂ ਦਵਾਈ ਨਾ ਦਿਓ। ਘਰਾਂ ਦੇ ਵਿੱਚ ਪਾਣੀ ਵਾਲੇ ਬਰਤਨਾਂ ਨੂੰ
ਢੱਕ ਕੇ ਰੱਖੋ। ਸਾਵਧਾਨੀਆਂ ਵਰਤਣ ਦੇ ਨਾਲ ਡੇਂਗੂ ਨੂੰ ਰੋਕਿਆ ਜਾ ਸਕਦਾ ਹੈ। ਘਰਾਂ ਦੀਆਂ ਛੱਤਾਂ 'ਤੇ ਪਏ ਹੋਏ ਪੁਰਾਣੇ ਟਾਇਰ, ਕਬਾੜ, ਇਹਨਾਂ ਵਿੱਚ ਪਾਣੀ ਭਰ ਜਾਂਦਾ। ਦੂਜੇ ਪਾਸੇ ਕੂਲਰਾਂ ਨੂੰ ਹਫ਼ਤੇ ਤੋਂ ਪਹਿਲਾਂ ਖਾਲੀ ਕਰਕੇ ਜ਼ਰੂਰ ਸੁਕਾਓ। ਫਰਿੱਜ ਦੇ ਪਿਛਲੇ ਪਾਸੇ ਜੋ ਟਰੇ ਬਣੀ ਹੁੰਦੀ ਹੈ, ਉਸ ਟਰੇ ਦੇ ਵਿੱਚ ਪਾਣੀ ਜਮ੍ਹਾਂ ਹੁੰਦਾ ਅਤੇ ਉਸਨੂੰ ਜ਼ਰੂਰ ਖਾਲੀ ਕਰਕੇ ਸੁਕਾਓ ਤਾਂ ਜੋ ਇਸ ਦੇ ਵਿੱਚ ਡੇਂਗੂ ਦਾ ਮੱਛਰ ਜਾਂ ਇਸਦਾ ਲਾਰਵਾ ਨਾ ਪੈਦਾ ਹੋਵੇ। ਸੋ ਮੱਛਰ ਦੇ ਆਂਡੇ ਖਤਮ ਹੋਣਗੇ, ਮੱਛਰਾਂ ਦੀ ਪੈਦਾਇਸ਼ 'ਤੇ ਰੋਕ ਲੱਗੇਗੀ। ਜੇਕਰ ਤੁਸੀਂ ਸਾੜਿਆ ਹੋਇਆ ਤੇਲ ਜੇ ਇਸ ਜਮ੍ਹਾਂ ਹੋਏ ਪਾਣੀ ਦੇ ਵਿੱਚ ਗੇਰਦੇ ਹੋ, ਇਹ ਬਹੁਤ ਵੱਡਾ ਰੋਕਥਾਮ ਦਾ ਇੱਕ ਤਰੀਕਾ ਹੈ ਕਿ ਡੇਂਗੂ ਦੇ ਮੱਛਰ ਨੂੰ ਪੈਦਾ ਹੋਣ ਤੋਂ ਕਿਵੇਂ ਰੋਕਿਆ ਜਾ ਸਕਦਾ। ਸੋ ਇਹ ਸਾਰੀਆਂ ਸਾਵਧਾਨੀਆਂ ਵਰਤਣ ਦੇ ਨਾਲ ਤੁਸੀਂ ਜ਼ਰੂਰ ਡੇਂਗੂ ਦੇ ਉੱਤੇ ਰੋਕ ਲਗਾ ਸਕਦੇ ਹੋ, ਡੇਂਗੂ ਫੈਲਣ ਤੋਂ ਰੋਕ ਲਗਾ ਸਕਦੇ ਹੋ। ਡੇਂਗੂ ਦਾ ਰੋਗ ਜਾਨਲੇਵਾ ਵੀ ਹੋ ਸਕਦਾ ਹੈ। ਬਹੁਤ ਸਾਰੇ ਮਾਮਲੇ ਜਿਹੜੇ ਆ ਡੇਂਗੂ ਦੇ ਸਾਹਮਣੇ ਆਏ ਨੇ। ਹਸਪਤਾਲਾਂ ਦੇ ਵਿੱਚ ਵੀ ਮਰੀਜ਼ਾਂ ਦੀਆਂ ਲੰਮੀਆਂ ਜਿਹੜੀਆਂ ਲਾਈਨਾਂ ਲੱਗ ਜਾਂਦੀਆਂ ਨੇ ਡੇਂਗੂ ਦੇ ਮਾਮਲੇ ਦੇ, ਕਿਉਂਕਿ ਹਸਪਤਾਲਾਂ ਦੇ ਵਿੱਚ ਵੱਖਰੇ ਵਾਰਡਸ ਬਣਾਏ ਜਾਂਦੇ ਨੇ। ਮਰੀਜ਼ਾਂ ਦੀ ਗਿਣਤੀ ਜਦੋਂ ਹੱਦ ਤੋਂ ਜ਼ਿਆਦਾ ਵੱਧ ਜਾਂਦੀ ਹੈ ਤਾਂ ਫਿਰ ਡਾਕਟਰਾਂ ਨੂੰ ਵਾਰਡਸ ਬਣਾਉਣੇ ਪੈਂਦੇ ਨੇ, ਕਿਉਂਕਿ ਡੇਂਗੂ ਦਾ ਜੋ ਬੁਖਾਰ ਹੈ ਉਹ ਕਾਫੀ ਹੱਡ ਤੋੜ ਬੁਖਾਰ ਹੁੰਦਾ ਹੈ। ਇਸ ਦੇ ਵਿੱਚ ਮਰੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਬੈੱਡ ਰੈਸਟ ਦੱਸਿਆ ਜਾਂਦਾ ਹੈ। ਜਿੰਨਾ ਉਹ ਰੈਸਟ ਕਰਨਗੇ ਓਨੀ ਹੀ ਤੇਜ਼ੀ ਦੇ ਨਾਲ ਡੇਂਗੂ ਦਾ ਜਿਹੜਾ ਬੁਖਾਰ ਹੈ ਉਹ ਘਟੇਗਾ। ਡੇਂਗੂ ਦਾ ਮੱਛਰ ਬਰਸਾਤ ਦੇ ਮੌਸਮ ਦੇ ਵਿੱਚ ਹੀ ਵੱਧਦਾ ਹੈ। ਹਾਲਾਂਕਿ ਅੱਜ ਕੱਲ੍ਹ ਬਹੁਤ ਸਾਰੇ ਜਿਹੜੇ ਆ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਨੇ ਕਿ ਡੇਂਗੂ ਤੋਂ ਬਚਾਅ ਕਿਵੇਂ ਕੀਤਾ ਜਾਵੇ, ਡੇਂਗੂ ਨੂੰ ਰੋਕਿਆ ਕਿਵੇਂ ਜਾਵੇ। ਬਹੁਤ ਸਾਰੇ ਜਿਹੜੇ ਹੈ ਇੱਥੇ ਡੇਂਗੂ 'ਤੇ ਰੋਕਥਾਮ ਕਰਨ ਦੇ ਲਈ ਕੈਂਪ ਲਗਾਏ ਜਾਂਦੇ ਨੇ। ਇੱਕ ਹੋਰ ਜਿਹੜਾ ਜ਼ਰੂਰ, ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ, ਇਹ ਇੱਕ ਯੋਜਨਾ ਚਲਾਈ ਗਈ ਸੀ ਜਿਸ ਯੋਜਨਾ ਦੇ ਤਹਿਤ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਸੀ ਕਿ ਡੇਂਗੂ ਨੂੰ ਕਿਵੇਂ ਰੋਕਿਆ ਜਾਵੇ। ਕਿਉਂਕਿ ਅਕਸਰ ਦੇਖਿਆ ਕਿ ਹਸਪਤਾਲਾਂ ਦੇ ਵਿੱਚ ਜਦੋਂ ਡੇਂਗੂ ਦੇ ਮਾਮਲੇ ਵੱਧਦੇ ਨੇ ਤਾਂ ਬਹੁਤ ਸਾਰੇ ਮਰੀਜ਼ਾਂ ਨੂੰ ਇੱਥੇ ਰੈਸਟ ਕਰਨ ਦੇ ਲਈ ਜਾਂ ਫਿਰ ਦਾਖਲ ਹੋਣ ਦੇ ਲਈ ਬੈੱਡ ਵੀ ਨਹੀਂ ਮਿਲਦੇ, ਕਿਉਂਕਿ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾਂਦੀ ਹੈ, ਜਿਸ ਕਾਰਨ ਹਸਪਤਾਲਾਂ ਦੇ ਵਿੱਚ ਵੀ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਮਰੀਜ਼ਾਂ ਨੂੰ। ਉਸ ਸਥਿਤੀ ਦੇ ਵਿੱਚ ਡਾਕਟਰਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਘਰ ਦੇ ਵਿੱਚ ਵੀ ਡੇਂਗੂ ਦੇ ਮਰੀਜ਼ ਨੂੰ ਰੱਖ ਕੇ ਉਹਨਾਂ ਦਾ ਜ਼ਿਆਦਾ ਧਿਆਨ ਰੱਖ ਕੇ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ, ਕਿਉਂਕਿ 5 ਤੋਂ 7 ਦਿਨ ਬੁਖਾਰ ਵਰਗੇ ਲੱਛਣ ਰਹਿੰਦੇ ਨੇ। ਬੁਖਾਰ ਹੋਣਾ, ਸਿਰ ਦਰਦ ਹੋਣਾ, ਉਲਟੀ ਦੀ ਸਮੱਸਿਆ ਰਹਿੰਦੀ ਹੈ, ਹੱਡ ਭੰਨਣੀ ਜਿਹੜੀ ਦਰਦ ਹੁੰਦੀ ਹੈ ਉਹ ਸਰੀਰ ਦੇ ਵਿੱਚ ਕਾਫੀ ਜ਼ਿਆਦਾ ਪੀੜਤ ਨੂੰ ਔਖਾ ਕਰ ਦਿੰਦੀ ਹੈ। ਸੋ ਬਰਸਾਤ ਦੇ ਪਾਣੀ ਵਿੱਚ ਡੇਂਗੂ ਦਾ ਮੱਛਰ ਫੈਲਦਾ, ਇਸ ਕਰਕੇ ਬਰਸਾਤੀ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਡੇਂਗੂ ਦਾ ਮੱਛਰ ਪਾਣੀ ਦੇ ਵਿੱਚ ਇਸਦਾ ਲਾਰਵਾ ਨਾ ਫੈਲੇ, ਇਸ ਕਾਰਨ ਪਾਣੀ ਹੀ ਜਮ੍ਹਾਂ ਨਾ ਹੋਣ ਦਿਓ। ਅਤੇ ਜੇਕਰ ਕਿਤੇ ਪਾਣੀ ਖੜ੍ਹਾ ਵੀ ਹੈ ਤਾਂ ਉੱਥੇ ਤੁਸੀਂ ਸਾੜਿਆ ਹੋਇਆ ਤੇਲ ਜ਼ਰੂਰ ਪਾਓ, ਜਿਸ ਨਾਲ ਜੋ ਡੇਂਗੂ ਦਾ ਮੱਛਰ ਹੈ ਉਹ ਪੈਦਾ ਨਹੀਂ ਹੁੰਦਾ, ਇਸ ਦੇ ਉੱਤੇ ਰੋਕ ਲਗਾਈ ਜਾ ਸਕਦੀ ਹੈ। ਡੇਂਗੂ ਫੈਲਣ ਦਾ ਕਾਰਨ ਵੀ ਇਹੀ ਹੈ ਕਿ ਜਦੋਂ ਪਾਣੀ ਜਮ੍ਹਾਂ ਹੁੰਦਾ ਹੈ ਤਾਂ ਫਿਰ ਕਾਫੀ ਹੱਦ ਤੱਕ ਡੇਂਗੂ ਦਾ ਮੱਛਰ ਪੈਦਾ ਹੋ ਜਾਂਦਾ। ਸੋ ਡੇਂਗੂ ਨੂੰ ਰੋਕਣ ਤੋਂ
ਅਹਿਤਿਆਤ ਵਰਤਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਜਿਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਦੱਸਿਆ ਕੀ ਸਾਵਧਾਨੀਆਂ ਤੁਸੀਂ ਵਰਤ ਸਕਦੇ ਹੋ, ਡੇਂਗੂ ਜੇਕਰ ਕਿਸੇ ਨੂੰ ਹੋ ਜਾਂਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਵੇ, ਇਹ ਤੁਹਾਡੇ ਵੀ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੋਣਗੇ। ਸਾਡੇ ਨਾਲ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ ਮਾਹਿਰ ਡਾਕਟਰ ਜੁੜੇ ਨੇ, ਡਾਕਟਰ ਵਿਕਾਸ ਪੁਟਾਨੀ। ਸੋ ਡਾਕਟਰ ਵਿਕਾਸ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ 'ਤੇ। ਹਾਂਜੀ, ਨਮਸਕਾਰ ਜੀ। ਡਾਕਟਰ ਵਿਕਾਸ, ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਡੇਂਗੂ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ, ਬਹੁਤ ਜ਼ਰੂਰੀ ਹੋ ਗਿਆ ਕਿਉਂਕਿ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਡੇਂਗੂ ਤੋਂ ਕਿਸ ਤਰ੍ਹਾਂ ਬਚਾਅ ਕੀਤਾ ਜਾ ਸਕਦਾ, ਇਹ ਕੀ ਆਖਿਰ ਕਿੰਨਾ ਕੁ ਖਤਰਨਾਕ ਹੋ ਸਕਦਾ, ਤੁਹਾਡੇ ਤੋਂ ਸਾਰੀ ਜਾਣਕਾਰੀ ਅੱਜ ਅਸੀਂ ਲੈਣਾ ਚਾਹੁੰਦੇ ਹਾਂ। ਠੀਕ ਹੈ ਜੀ, ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਡੇਂਗੂ ਤੋਂ ਬਚਾਅ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਬਚਾਅ ਅਸੀਂ ਕਰ ਸਕਦੇ ਹਾਂ ਕਿ ਸਾਡੇ ਘਰ ਦੇ ਆਸ ਪਾਸ ਸਰਾਊਂਡਿੰਗਸ ਅਸੀਂ ਦੇਖੀਏ ਕਿ ਕਿਤੇ ਖੜ੍ਹਾ ਪਾਣੀ ਨਾ ਹੋਵੇ, ਸਟੈਗਨੈਂਟ ਵਾਟਰ ਨਾ ਹੋਵੇ। ਉਹ ਖਾਸ ਕਰ ਜ਼ਿਆਦਾਤਰ ਸਟੈਗਨੈਂਟ ਵਾਟਰ ਦੇਖਿਆ ਜਾਂਦਾ ਸ਼ਹਿਰਾਂ 'ਚ, ਦੇਖਿਆ ਜਾਂਦਾ ਕਿ ਆਮ ਤੌਰ ਗਮਲਿਆਂ 'ਚ ਪਿਆ ਹੈ ਜਾਂ ਯੂਜ ਟਾਇਰਸ ਉਹਨਾਂ 'ਚ ਪਿਆ ਜਾਂ ਕੂਲਰ 'ਚ ਪਿਆ ਹੈਗਾ, ਤੋ ਇੱਦਾਂ ਚੀਜ਼ਾਂ, ਜਾਂ ਯੂਜ ਪਲਾਸਟਿਕ ਕੰਟੇਨਰ ਜਿਹੜੇ ਅਸੀਂ ਯੂਜ਼ ਕਰਦੇ ਹਾਂ ਬਾਹਰ ਸੁੱਟ ਦਿੰਦੇ ਹਾਂ, ਉਹਦੇ ਵਿੱਚ ਪਿਆ ਹੈ। ਤੋ ਆਸ ਪਾਸ ਦੇਖੋ ਘਰਾਂ ਦੇ, ਤੁਹਾਡੇ ਗੰਦਗੀ ਨਾ ਹੋਵੇ, ਖੜ੍ਹਾ ਪਾਣੀ ਨਾ ਹੋਵੇ, ਕੋਈ ਵੀ ਗਟਰ ਬਲੋਕ ਨਾ ਹੋਵੇ। ਜੇ ਖੜ੍ਹਾ ਪਾਣੀ ਕਿਤੇ ਹੈ ਤਾਂ ਉਹ 'ਚ ਕੈਰੋਸਿਨ ਆਇਲ ਤੁਸੀਂ ਪਾ ਸਕਦੇ ਹੋ, ਕੈਰੋਸਿਨ ਆਇਲ ਪਾ ਸਕਦੇ, ਉਹਦੇ ਨਾਲ ਇਹ ਐਟਲੀਸਟ ਤੁਹਾਡਾ ਡੇਂਗੂ ਮੱਛਰ ਦਾ ਥੋੜ੍ਹਾ ਬਚਾਅ ਹੋ ਸਕਦਾ। ਪਰ ਕੋਸ਼ਿਸ਼ ਕਰੋ ਕਿ ਕਿਤੇ ਵੀ ਸਟੈਗਨੈਂਟ ਵਾਟਰ ਨਾ ਹੋਵੇ, ਇਹ ਤਾਂ ਸਭ ਤੋਂ ਇੰਪੋਰਟੈਂਟ ਹੈ। ਸੈਕਿੰਡ ਹੈ ਕਿ ਜਿਹੜਾ ਡੇਂਗੂ ਦਾ ਮੱਛਰ ਹੈ, ਯੂਜਲੀ ਜ਼ਿਆਦਾਤਰ ਇਹ ਜਦੋਂ ਬਾਈਟ ਕਰਦਾ ਹੈ ਡਿਊਰਿੰਗ ਡੇ ਟਾਈਮ ਬਾਈਟ ਕਰਦਾ ਹੈ, ਡੇ ਟਾਈਮ ਬਾਈਟ ਕਰਦਾ ਹੈ, ਇਹਦਾ ਮਤਲਬ ਹੈ ਕਿ ਸਭ ਤੋਂ ਜ਼ਿਆਦਾ ਬਾਈਟ ਕਰਦਾ ਹੈ ਡਸਕ ਐਂਡ ਡੌਨ, ਮੀਨਸ ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਸੂਰਜ ਡੁੱਬਣ ਤੋਂ ਪਹਿਲਾਂ। ਤੋ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਜਿਹੜਾ ਸਭ ਤੋਂ ਜ਼ਿਆਦਾ ਖਤਰਾ ਹੈ, ਅਤੇ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ, ਉਸ ਟਾਈਮ ਸਭ ਤੋਂ ਜ਼ਿਆਦਾ ਬਾਈਟ ਕਰਦਾ ਹੈ। ਔਰ ਇਹ ਬਾਈਟ ਕਰਦਾ ਐਕਸਪੋਜ਼ਡ ਏਰੀਆਜ਼, ਐਕਸਪੋਜ਼ਡ ਏਰੀਆ ਮੀਨਸ ਆਪਣੀ ਸਾਡੀਆਂ ਨੀਜ਼ ਤੋਂ ਥੱਲੇ ਲੱਤਾਂ 'ਤੇ ਜਾਂ ਫਿਰ ਐਲਬੋਜ਼ ਤੋਂ ਉੱਪਰ ਜਿਹੜੀ ਬਾਹਾਂ 'ਤੇ, ਉੱਥੇ ਬਾਈਟ ਕਰਦਾ ਹੈ। ਅਤੇ ਇਹਦਾ ਮਤਲਬ ਇਹ ਹੈ ਕਿ ਸਾਨੂੰ ਜ਼ਿਆਦਾਤਰ ਇਹ ਚੀਜ਼ਾਂ ਕਵਰ ਰੱਖਣੀਆਂ ਚਾਹੀਦੀਆਂ ਪੂਰੀ ਪੂਰੀ ਬਾਜੇ 'ਚ। ਤੁਸੀਂ ਸਵੇਰੇ ਸ਼ਾਮ ਸੈਰ ਕਰਨ ਜਾਣਾ ਤਾਂ ਪੂਰੀ ਬਾਜ਼ੂ ਦੀਆਂ ਸ਼ਰਟ ਪਾ ਕੇ ਜਾਓ ਆਪਣੇ ਨੂੰ ਆਪ, ਔਰ ਈਵਨ ਪੂਰੀ ਪੈਂਟ ਜਾਂ ਟਰਾਊਜ਼ਰ ਪਾ ਕੇ ਜਾਂ ਲੋਅਰ ਪਾ ਕੇ ਜਾਓ। ਨਿੱਕਰ ਅਤੇ ਹਾਫ ਸਲੀਵ 'ਚ, ਮਤਲਬ ਸ਼ਾਰਟਸ ਅਤੇ ਹਾਫ ਸਲੀਵ 'ਚ ਵਾਕ ਨਹੀਂ ਕਰਨੀ ਸਵੇਰੇ ਸ਼ਾਮ ਅੱਜ ਕੱਲ੍ਹ ਦੇ ਦਿਨਾਂ 'ਚ। ਅਤੇ ਇਹ ਇੱਕ ਦੂਸਰੀ ਇੰਪੋਰਟੈਂਟ ਚੀਜ਼ ਹੈਗੀ। ਉਸ ਤੋਂ ਬਾਅਦ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਜਦੋਂ ਤੁਸੀਂ ਵਾਕ ਕਰਨ ਜਾਓ ਤਾਂ ਮੋਸਕੀਟੋ ਰਿਪੈਲੈਂਟ ਕਰੀਮਸ ਆਉਂਦੀਆਂ ਅੱਜ ਕੱਲ੍ਹ, ਉਹ ਲਗਾ ਕੇ ਜਾਓ ਜਿਹੜੇ ਐਕਸਪੋਜ਼ ਏਰੀਆ, ਤੁਹਾਡੇ ਹੱਥ ਜਾਂ ਪੈਰ ਜਿਹੜੇ ਐਕਸਪੋਜ਼ ਏਰੀਆ 'ਚ ਰਹਿ ਗਏ ਜਾਂ ਫੇਸ ਹੈ, ਉੱਥੇ ਆਪਣਾ ਮੋਸਕੀਟੋ ਰਿਪੈਲੈਂਟ ਕਰੀਮਸ ਲਗਾ ਕੇ ਜਾਓ ਤਾਂ ਕਿ ਤੁਹਾਨੂੰ ਮੱਛਰ ਬਾਈਟ ਨਾ ਕਰ ਸਕੇ। ਔਰ ਇਹ ਉਸ ਤੋਂ ਬਾਅਦ ਆਉਂਦੇ ਹੈ ਸਾਈਨਸ ਐਂਡ ਸਿਮਟਮਸ। ਹੁਣ ਡੇਂਗੂ ਦੋ ਤਰ੍ਹਾਂ ਦਾ ਹੈਗਾ, 80-90% ਕਿਸੇ ਤੋਂ ਹੁੰਦੇ ਕਲਾਸੀਕਲ ਡੇਂਗੂ, ਜਿਹੜਾ ਨੋਰਮਲ ਡੇਂਗੂ ਹੋਇਆ, ਡੇਂਗੂ 'ਚ ਬੁਖਾਰ ਹੋਇਆ, ਬੁਖਾਰ ਦੇ ਨਾਲ ਰੈਸ਼ ਹੋਇਆ ਅਤੇ ਸੈਲਸ ਘੱਟ ਗਏ, ਜਿਹੜੇ ਨੋਰਮਲ ਅਸੀਂ ਪਲੇਟਲੈਟ ਕਾਊਂਟ ਕਰਦੇ ਹਾਂ ਘੱਟ ਗਏ, ਇਹ ਹੁੰਦਾ ਕਲਾਸੀਕਲ ਡੇਂਗੂ। ਦੂਸਰੀ ਇੱਕ ਸਿਵੀਅਰ ਵਰਾਇਟੀ, ਸੀਰੀਅਸ ਵਰਾਇਟੀ, ਜਿਹਦਾ ਨਾਮ ਹੈ ਡੇਂਗੂ ਹੈਮਰੇਜਿਕ ਫੀਵਰ ਜਾਂ ਡੇਂਗੂ ਸ਼ੌਕ ਸਿੰਡਰੋਮ। ਹੁਣ ਜਿਹੜਾ ਡੇਂਗੂ ਹੈਮਰੇਜਿਕ ਫੀਵਰ ਜਾਂ DHF ਕਹਿੰਦੇ ਆ, DSS ਸ਼ੌਕ ਸਿੰਡਰੋਮ ਹੈ, ਉਹ ਕਾਫੀ ਸੀਰੀਅਸ ਹੋ ਸਕਦਾ, ਉਹਦੀ ਮੋਰਟੈਲਿਟੀ ਰੇਟਸ ਵੀ ਕਾਫੀ ਹਾਈ ਹੈ, ਉਹਦੇ 'ਚ ਕਾਫੀ ਕਾਫੀ ਖਤਰੇ ਵਾਲਾ ਔਰ ਕਾਫੀ ਸੀਰੀਅਸ ਟਾਈਪ ਦਾ ਡੇਂਗੂ ਹੁੰਦਾ, ਉਹਦੇ 'ਚ ਇਮੀਡੀਏਟ ਹੋਸਪਿਟਲਾਈਜੇਸ਼ਨ ਰਿਕੁਆਇਰਡ ਹੈ, ਅਤੇ ਅਕੋਰਡਿੰਗਲੀ ਫਿਰ ICU ਕੇਅਰ ਉਹਦੀ ਚਾਹੀਦੀ ਹੈ। ਉਹਦੇ ਕੋਲ ਸਭ ਕੁਝ ਕਰਨ ਦੇ ਬਾਵਜੂਦ ਵੀ ਕਾਫੀ ਪੇਸ਼ੈਂਟ ਹੁੰਦੇ ਆ ਜਿਹੜੇ ਇਸ ਐਪੀਸੋਡ ਤੋਂ ਸਰਵਾਈਵ ਨਹੀਂ ਕਰਦੇ, DHF ਜਾਂ DSS ਜਿਹੜੇ ਚਲੇ ਜਾਂਦੇ ਆ। ਇਹਦਾ ਸਟ੍ਰੇਨ ਥੋੜ੍ਹਾ ਡਿਫਰੈਂਟ ਹੈ। ਜਿਹੜਾ ਕਲਾਸੀਕਲ ਡੇਂਗੂ ਹੈ, ਡੇਂਗੂ ਜਿਹਨੂੰ ਅਸੀਂ ਕਲਾਸੀਕਲ ਡੇਂਗੂ ਕਹਿੰਦੇ ਹਾਂ, ਜਿਹੜਾ ਆਲਮੋਸਟ ਲਾਈਕ 80-90% ਕੇਸਿਸ ਹੁੰਦਾ, ਉਹਦੇ 'ਚ ਇਹ ਹੈ ਕਿ ਮੋਸਕੀਟੋ ਬਾਈਟ ਦੇ ਹਫ਼ਤੇ ਦੇ ਅੰਦਰ ਅੰਦਰ ਤੁਹਾਨੂੰ ਫੀਵਰ ਹੋਏਗਾ, ਹਾਈ ਗ੍ਰੇਡ ਫੀਵਰ ਹੋਏਗਾ, ਬਾਡੀ ਏਕਸ ਹੋਣਗੀਆਂ, ਇਹਦਾ ਦੂਸਰਾ ਨਾਮ ਬਾਡੀ ਏਕਸ, ਇੰਨੀਆਂ ਸਵੀਅਰ ਹੁੰਦੀਆਂ, ਹੈਡ ਏਕ ਹੁੰਦਾ, ਬੈਕ ਏਕ ਹੁੰਦੀ ਹੈ,
ਨੈਕ ਪੇਨ ਹੁੰਦੀ ਹੈ, ਕੰਨਾਂ ਦੇ ਪਿੱਛੇ ਦਰਦ ਹੁੰਦੀ ਹੈ, ਪੋਸਟ ਆਰੀਕੁਲਰ ਪੇਨ ਹੁੰਦੀ ਹੈ, ਉਹ ਰਹਿੰਦੀ ਹੈ 3 to 5 days। ਯੂਜਲੀ ਇਹ ਬਾਡੀ ਐਕਸ ਅਤੇ ਫੀਵਰ ਹਾਈ ਗ੍ਰੇਡ ਰਹਿੰਦਾ, ਜਿਹਦੇ ਵਿੱਚ ਸਿਰਫ ਤੁਸੀਂ ਪੈਰਾਸੀਟਾਮੋਲ ਦਾ ਗੋਲੀ ਹੀ ਲੈਣੀ ਹੈ, ਹੋਰ ਕੋਈ ਗੋਲੀ ਨਹੀਂ ਲੈਣੀ ਇਹਦੇ ਇਲਾਵਾ, ਬਿਕੋਜ਼ ਕੋਈ ਹੋਰ ਗੋਲੀ ਲਵੋਗੇ ਫੀਵਰ ਵਾਸਤੇ, ਬਾਡੀ ਐਕਸ ਵਾਸਤੇ, ਉਹਦੇ ਨਾਲ ਸੈੱਲ ਗਿਰਨ ਦਾ ਖਤਰਾ ਰਹਿੰਦਾ। ਪੈਰਾਸੀਟਾਮੋਲ ਵੀ ਮੈਕਸੀਮਮ ਤੁਸੀਂ 4 ਗ੍ਰਾਮ ਪਰ ਦਿਨ ਤੋਂ ਪਰ ਡੇ ਤੋਂ ਜ਼ਿਆਦਾ ਨਹੀਂ ਯੂਜ਼ ਕਰ ਸਕਦੇ। ਇਸ ਤੋਂ ਜ਼ਿਆਦਾ ਜੇ ਲੋੜ ਹੈ ਤਾਂ ਹਾਈਡਰੋਥੈਰੇਪੀ ਕਰਨੀ, ਮੀਨ ਠੰਡੇ ਪਾਣੀ ਦੀ ਪੱਟੀ ਕਰਨੀ ਬੁਖਾਰ ਉਤਾਰਨ ਵਾਸਤੇ। ਡੇਂਗੂ ਦਾ ਦੂਸਰਾ ਨਾਮ ਇਹ ਵੀ ਹੈ ਬ੍ਰੇਕਬੋਨ ਫੀਵਰ, ਅਤੇ ਦਰਦਾਂ ਇੰਨੀਆਂ ਕੁ ਜ਼ਿਆਦਾ ਹੁੰਦੀਆਂ, ਘਬਰਾਉਣਾ ਨਹੀਂ ਹੈਗਾ, ਆਪਣਾ ਪਾਣੀ ਦਾ ਆਪਣਾ ਧਿਆਨ ਪ੍ਰੋਪਰ ਰੱਖਣਾ, ਡੀਹਾਈਡਰੇਸ਼ਨ ਨਹੀਂ ਹੋਣੀ ਚਾਹੀਦੀ, ਬਿਕੋਜ਼ ਡੇਂਗੂ 'ਚ ਡੀਹਾਈਡਰੇਸ਼ਨ ਇੱਕ ਕਾਫੀ ਇੰਪੋਰਟੈਂਟ ਰੀਜ਼ਨ ਹੈ, ਕਾਫੀ ਕਾਮਨ ਰੀਜ਼ਨ ਹੈ ਜਿਹਦੇ ਕਾਰਨ ਪੇਸ਼ੈਂਟ ਨੂੰ ਹੋਸਪਿਟਲਾਈਜ਼ ਕਰਨਾ ਪੈ ਜਾਂਦਾ, ਕਿਉਂਕਿ ਡੀਹਾਈਡਰੇਸ਼ਨ ਨਾਲ ਹੀਮੋਕਨਸਨਟ੍ਰੇਸ਼ਨ ਹੋ ਜਾਂਦੀ ਹੈ ਕਿ ਬਲੱਡ ਤੁਹਾਡਾ ਅੰਦਰੋਂ ਸਾਰਾ ਥਿੱਕ ਹੋ ਜਾਂਦਾ, ਪਾਣੀ ਨਿਕਲ ਜਾਂਦਾ। ਦੂਸਰਾ ਰੈਸ਼, ਜਿਹੜੇ ਸਿਮਟਮ ਫੀਵਰ ਦੇ ਨਾਲ ਨਾਲ ਹੋਰ ਜਿਵੇਂ ਦੱਸਿਆ ਤੁਹਾਨੂੰ ਹੈਡੇਕ, ਬਾਡੀ ਐਕਸ ਨਾਲ ਸਿਮਟਮਸ ਆਉਣਗੇ, ਰੈਸ਼ ਹੋ ਜਾਂਦਾ ਬਾਡੀ 'ਤੇ, ਅਤੇ ਸੈੱਲਸ ਕੱਟਣੇ ਸ਼ੁਰੂ ਹੋ ਜਾਂਦੇ ਆ। ਹੁਣ ਸੈੱਲਸ ਜਿਹੜਾ ਅਲਾਰਮਿੰਗ ਵੈਲਿਊ ਹੈ, ਜੋ ਜਿਹੜੇ ਸੈੱਲਸ ਕੱਟਣਗੇ, 1 ਹਫ਼ਤੇ ਤੱਕ ਸੈੱਲਸ ਕੱਟਦੇ ਆ, 8ਵੇਂ 9ਵੇਂ ਦਿਨ ਯੂਜਲੀ ਸੈੱਲ ਵਧਣੇ ਸ਼ੁਰੂ ਹੁੰਦੇ ਆ, ਅਤੇ ਜਦੋਂ ਸੈੱਲ ਕੱਟਦੇ ਹੈ ਯੂਜਲੀ 6ਵੇਂ 7ਵੇਂ ਦਿਨ ਸਭ ਤੋਂ ਮੈਕਸੀਮਮ ਡਰੋਪ ਆਉਂਦਾ, ਜਿਹੜਾ ਇੰਡੀਕੇਸ਼ਨ ਫੋਰ ਪਲੇਟਲੈਟ ਟ੍ਰਾਂਸਫਿਊਜ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਸਿੰਗਲ ਡੋਨਰ ਪਲੇਟਲੈਟ ਟ੍ਰਾਂਸਫਿਊਜ਼ਨ, ਉਹ ਅਸੀਂ ਦਿੰਦੇ ਹਾਂ 10,000 ਤੋਂ ਘੱਟ ਜਦੋਂ ਪਲੇਟਲੈਟ ਸੈੱਲ ਤੁਹਾਡੇ ਗਿਰਦੇ ਹੈ, ਜਾਂ ਅਰਲੀਅਰ ਵੀ ਅਸੀਂ ਦੇ ਦਿੰਦੇ ਹਾਂ ਜੇ ਕੋਈ ਐਵੀਡੈਂਸ ਆਫ ਬਲੀਡਿੰਗ ਹੈ ਕਿਸੇ ਨੂੰ ਯੂਰਿਨ 'ਚ ਬਲੱਡ ਆਉਣਾ ਸ਼ੁਰੂ ਹੋ ਗਿਆ, ਕਿਸੇ ਨੂੰ ਥੁੱਕ 'ਚ ਬਲੱਡ ਆਉਣਾ ਸ਼ੁਰੂ ਹੋ ਗਿਆ, ਕਿਸੇ ਨੂੰ ਵੋਮਿਟਿੰਗ ਆ ਗਈ ਬਲੱਡ ਦੀ, ਉਹਨੂੰ ਅਸੀਂ ਪਹਿਲਾਂ ਵੀ ਦੇ ਸਕਦੇ ਹਾਂ। ਈਵਨ ਜੇ ਅਕਾਊਂਟ 50,000 ਵੀ ਹੈ ਤਾਂ ਵੀ ਉਹਨੂੰ ਉਸ ਟਾਈਮ ਪਲੇਟਲੈਟ ਟ੍ਰਾਂਸਫਿਊਜ਼ਨ ਦੇ ਸਕਦੇ ਹਾਂ, ਬਟ ਵਿਦਾਊਟ ਬਲੀਡਿੰਗ 10,000 ਤੱਕ ਅਸੀਂ ਵੇਟ ਕਰਦੇ ਹਾਂ, 10 ਤੋਂ ਥੱਲੇ ਅਸੀਂ ਪਲੇਟਲੈਟ ਟ੍ਰਾਂਸਫਿਊਜ਼ ਕਰੀਦਾ। ਬਟ ਐਡਵਾਈਜ਼ੇਬਲ ਇਹ ਹੈ ਕਿ ਜਿੱਦਾਂ ਪਲੇਟਲੈਟ ਕਾਊਂਟ ਕਿਸੇ ਦਾ 50,000 ਤੋਂ ਥੱਲੇ ਹੈਗਾ, ਅਤੇ ਹੋਸਪਿਟਲਾਈਜ਼ ਆਪਣੇ ਡਾਕਟਰ ਨਾਲ ਕੰਟੈਕਟ 'ਚ ਰਹਿਣ, ਅਤੇ ਜਿਵੇਂ ਹੀ ਪਲੇਟਲੈਟ ਕਾਊਂਟ ਜ਼ਿਆਦਾ ਡਰੋਪ ਕਰਦਾ ਹੈਗਾ, ਅਤੇ ਐਡਮਿਸ਼ਨ ਲੈ ਕੇ ਪਲੇਟਲੈਟ ਕਾਊਂਟ ਰੈਗੂਲਰਲੀ ਮੋਨੀਟਰ ਕਰਾਉਣ, ਕਿਉਂਕਿ 50,000 ਤੋਂ ਥੱਲੇ ਜਾਂਦਾ, ਅਸੀਂ ਦਿਨ 'ਚ 2 ਜਾਂ 3 ਵਾਰ ਪਲੇਟਲੈਟ ਕਾਊਂਟ ਐਡਵਾਈਜ਼ ਕਰਦੇ ਹਾਂ ਕਿ ਚੈੱਕ ਕਰੋ, ਜਿੱਦਾਂ ਜੇ ਪਲੇਟਲੈਟ ਕਾਊਂਟ ਜਿੱਦਾਂ ਜ਼ਿਆਦਾ ਥੱਲੇ ਜਾਂਦਾ, ਜਿੱਦਾਂ ਜ਼ਿਆਦਾ ਥੱਲੇ ਨਾਲ ਡਿੱਗਦਾ, ਉਹਨੂੰ ਅਸੀਂ ਹੋਸਪਿਟਲਾਈਜ਼ ਕਰੀਏ ਇਮੀਜੀਏਟਲੀ, ਔਰ ਉਹਨੂੰ ਅਟੈਂਸ਼ਨ ਮਿਲੇ ਤਾਂ ਕਿ ਕੋਈ ਪਲੇਟਲੈਟ ਲੋਅ ਦੇ ਕਾਰਨ ਉਹਨੂੰ ਕੋਈ ਪ੍ਰੋਬਲਮ ਨਾ ਆ ਸਕੇ। ਤਾਂ ਇਹ ਤਾਂ ਹੋਇਆ ਕਲਾਸੀਕਲ ਡੇਂਗੂ। ਟ੍ਰੀਟਮੈਂਟ ਸਿਰਫ ਪੈਰਾਸੀਟਾਮੋਲ, ਪ੍ਰੋਪਰ ਹਾਈਡਰੇਸ਼ਨ, ਫਲੂਇਡ ਇਨਟੇਕ ਪ੍ਰੋਪਰ ਰੱਖਣੀ ਹੈ, ਅਤੇ ਆਪਣਾ ਸੈੱਲਸ ਰੈਗੂਲਰਲੀ ਮੋਨੀਟਰ ਕਰਨੇ ਹੈ, ਔਰ ਇਮੀਜੀਏਟਲੀ ਅਲਰਟ ਵੈਲਿਊ 'ਤੇ ਆਉਂਦੇ ਹੀ ਤੁਸੀਂ ਨੀਅਰੈਸਟ ਹੋਸਪਿਟਲ ਜਾ ਕੇ ਆਪਣਾ ਪਲੇਟਲੈਟ ਟ੍ਰਾਂਸਫਿਊਜ਼ਨ ਕਰਾਉਣਾ। ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ ਹੈ, ਬਟ ਆਲ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਕਈ ਵਾਰ ਹੁੰਦਾ ਕਿ ਤੁਹਾਨੂੰ ਪੇਸ਼ੈਂਟ ਦੇ ਸੈੱਲਸ 2-3 ਦਿਨ ਤੱਕ ਘੱਟ ਰਹਿੰਦੇ ਹੈ ਵਿਦਾਊਟ ਬਲੀਡਿੰਗ, ਉਹ 'ਚ ਘਬਰਾਉਣਾ ਨਹੀਂ ਹੈ। ਤੋ ਜਿੱਥੇ ਤੁਸੀਂ ਹੋਸਪਿਟਲ ਜਾਓਗੇ ਤੁਹਾਨੂੰ ਸਿੰਗਲ ਡੋਨਰ ਟ੍ਰਾਂਸਫਿਊਜ਼ਨ ਮਿਲੇਗੀ, ਔਰ ਆਟੋਮੈਟਿਕਲੀ ਪਲੇਟਲੈਟਸ ਜਿਹੜੇ ਬਾਡੀ ਦੇ ਪਲੇਟਲੈਟਸ ਉਹ ਹਫ਼ਤੇ ਬਾਅਦ ਬਣਨੇ ਸ਼ੁਰੂ ਹੋ ਜਾਂਦੇ, ਬਿਕੋਜ਼ ਪਲੇਟਲੈਟ ਦੀ ਹਾਫ ਲਾਈਫ 7 ਡੇਜ਼ ਹੈ, 7 ਦਿਨ ਬਾਅਦ ਆਟੋਮੈਟਿਕਲੀ ਚੇਂਜ ਸ਼ੁਰੂ ਹੋ ਜਾਂਦਾ, ਬਣਨੇ ਸ਼ੁਰੂ ਹੋ ਜਾਂਦੇ, ਅਤੇ ਨਵੇਂ ਪਲੇਟਲੈਟ ਜਿੱਦਾਂ ਜਿੱਦਾਂ ਆਉਣਗੇ ਤੁਹਾਡਾ ਬਾਡੀ ਰਿਕਵਰ ਕਰ ਜਾਂਦੀ। ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਅਸੀਂ ਉਹਨਾਂ ਦਾ ਵੀ ਸਵਾਲ ਜਾਣ ਲੈਂਦੇ ਹਾਂ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਮੈਂ ਤਾਂ ਕੇਵਲ ਕ੍ਰਿਸ਼ਨ ਜੀ ਤੋਂ। ਹਾਂਜੀ, ਤਾਂ ਕੀ ਸਵਾਲ ਹੈ ਸਰ ਤੁਹਾਡਾ? ਸਾਡਾ ਸਵਾਲ ਤੇ ਸਵਾਲ ਇਹ ਆ ਜੀ, ਅਸੀਂ ਇਹ ਗੱਲ ਕਰਦੇ ਹਾਂ ਕਿ ਅਸੀਂ ਲੋਕ ਨਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣ ਲੱਗ ਪੈਂਦੇ ਹਾਂ, ਉਹਦੇ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ ਗਾ, ਜ਼ਿੰਮੇਵਾਰ ਅਸੀਂ ਖੁਦ ਲੋਕ ਆਪ ਹਾਂ। ਪਿਛਲੇ ਸਮਿਆਂ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਦਵਾਈ ਛਡਾਉਣ ਆਉਂਦੇ ਹੁੰਦੇ ਸੀ ਮਹਿਕਮੇ ਹੈਲਥ ਮਹਿਕਮੇ ਦੇ ਬੰਦੇ, ਉਹ ਘਰ ਵਾਲੇ ਕੀ ਕਹਿਣਾ ਕਿ ਤੁਸੀਂ ਸਾਡੇ ਬਾਥਰੂਮ ਸਪਰੇਅ ਕਰ ਦਿਓ, ਸਾਡੀ ਗਲੀ 'ਚ ਕਰ ਦਿਓ, ਡੰਗਲਾ ਕੋਠੇ ਕਰ ਦਿਓ, ਜਿੱਥੇ ਸੌਂਦੇ ਸੀਗੇ ਅਸੀਂ ਰਹਿੰਦੇ ਹਾਂ ਉੱਥੇ ਸਪਰੇਅ ਨਹੀਂ ਕਰਾਉਂਦੇ ਹੁੰਦੇ ਸੀਗੇ, ਇਹ ਸਾਡੇ ਦੇਖਣ ਦੀਆਂ ਗੱਲਾਂ ਆ। ਇਹ ਹੌਲੀ ਹੌਲੀ ਕੰਮ ਖਤਮ ਹੋ ਗਿਆ, ਖਤਮ ਹੋਣ ਦਾ ਕਾਰਨ ਅਸੀਂ ਖੁਦ ਲੋਕ ਹਾਂ। ਉਹ ਕਹਿੰਦੇ ਜਾ ਕੇ ਤੁਸੀਂ ਜਿੱਥੇ ਸੌਂਦੇ ਉੱਥੇ ਸਪਰੇਅ ਤੁਸੀਂ ਨਹੀਂ ਕਰਾਉਂਦੇ, ਤੁਸੀਂ ਕਰਾਉਂਦੇ ਆ ਹੋਰ ਥਾਵਾਂ 'ਤੇ, ਉੱਥੇ ਕਹਿੰਦੇ ਸਾਨੂੰ ਫਾਇਦਾ ਕੋਈ ਨਹੀਂ ਕੋਈ ਵੀ। ਦੂਜੀ ਗੱਲ ਆ ਕਿ ਸਾਡੇ ਆਮ ਦੇਖਣ ਨੂੰ ਪੈਂਦਾ ਕਿ ਅਸੀਂ
ਗਮਲੇ ਪਾਣੀ ਦੇ ਭਰੇ ਹੁੰਦੇ ਆ, ਬਰਸਾਤ ਆ ਗਈ ਬੂਟੇ ਸੋ ਗਏ ਗਮਲੇ ਭਰੇ ਪਏ ਹੁੰਦੇ ਆ, ਸਾਡੇ ਕੂਲਰ ਭਰੇ ਹੁੰਦੇ ਆ, ਟਾਇਰ ਪਏ ਹੁੰਦੇ ਵਿਹੜਿਆਂ 'ਚ ਉਹ ਭਰੇ ਹੁੰਦੇ ਆ, ਕਈ ਇੱਦਾਂ ਦੇ ਥਾਂ ਆ ਗਏ ਜਿੱਥੇ ਸਾਨੂੰ ਪਤਾ ਨਹੀਂ ਪਾਣੀ ਖੜਾ ਆ ਕੋਠਿਆਂ 'ਤੇ ਸਾਈਡਾਂ 'ਤੇ ਕਿਤੇ, ਉਹ ਅਸੀਂ ਨਹੀਂ ਦੇਖਦੇ, ਅਸੀਂ ਗਮਲੇ ਰੱਖੇ ਆ। ਇਸ ਕਰਕੇ ਸਾਡੇ ਲੋਕਾਂ ਨੂੰ ਕੁਛ ਆਪ ਨੂੰ ਉਚਿਤ ਰਹਿਣਾ ਪਊਗਾ ਕਿ ਅਸੀਂ ਇਹਨਾਂ ਗੱਲਾਂ ਖਿਆਲ ਰੱਖੀਏ ਜੀ। ਜੇ ਅਸੀਂ ਖਿਆਲ ਰੱਖਾਂਗੇ ਤੇ ਸਾਡਾ ਹੈਲਥ ਮਹਿਕਮਾ ਸਾਡੀ ਮਦਦ ਕਰੂਗਾ, ਜੇ ਅਸੀਂ ਨਿਰਾ ਪੂਰਾ ਪ੍ਰਸ਼ਾਸਨ ਹੀ ਸਾਡੀ ਮਦਦ ਕਰੇ ਤੇ ਉਹ ਹੀ ਕਰੇ ਫਿਰ ਵੀ ਕੰਮ ਨਹੀਂ ਚੱਲਦਾ ਜੀ। ਸ਼ੁਕਰੀਆ ਜੀ, ਬਿਲਕੁਲ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ। ਤੁਸੀਂ ਬਿਲਕੁਲ ਠੀਕ ਕਿਹਾ ਕਿ ਪ੍ਰਸ਼ਾਸਨ ਦਾ ਕੰਮ ਹੈ ਜਾਗਰੂਕ ਕਰਨਾ, ਲੇਕਿਨ ਲੋਕਾਂ ਨੂੰ ਆਪ ਵੀ ਇਸ ਸੰਬੰਧੀ ਥੋੜ੍ਹਾ ਅਲਰਟ ਹੋਣਾ ਪਵੇਗਾ ਕਿ ਆਪਣੇ ਘਰਾਂ ਦੇ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿਓ। ਫਿਰ ਅਸੀਂ ਪ੍ਰਸ਼ਾਸਨ ਨੂੰ ਨਹੀਂ ਕਹਿ ਸਕਦੇ ਕਿ ਉਹਨਾਂ ਦੇ ਵੱਲੋਂ ਜਾਗਰੂਕ ਨਹੀਂ ਕੀਤਾ ਗਿਆ, ਲੇਕਿਨ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਘਰਾਂ ਦੇ ਵਿੱਚ ਪਾਣੀ ਜਮ੍ਹਾਂ ਹੁੰਦਾ, ਜਿੱਥੋਂ ਡੇਂਗੂ ਦਾ ਮੱਛਰ ਪੈਦਾ ਹੁੰਦਾ, ਲਾਰਵਾ ਇਸ ਦਾ ਫੈਲਦਾ ਉੱਥੋਂ ਹੀ। ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਸੀ ਕਿ ਡੇਂਗੂ ਦੇ ਜੋ ਤੁਸੀਂ ਲੱਛਣ ਦੱਸੇ ਨੇ, ਬਹੁਤ ਸਾਰੀਆਂ ਜਿਹੜੀਆਂ ਤੁਸੀਂ ਤਿੰਨ ਕਿਸਮਾਂ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ, ਲੇਕਿਨ ਭਾਰਤ ਦੇ ਵਿੱਚ ਕਿਹੜੀ ਅਜਿਹੀ ਕਿਸਮ ਹੈ ਜਿਸ ਦੇ ਜ਼ਿਆਦਾਤਰ ਮਾਮਲੇ ਪੀੜਤਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ? ਕਿਹੜੀ ਕਿਸਮ ਦੇ ਮਰੀਜ਼ ਜ਼ਿਆਦਾ ਵੱਧ ਦੇਖਣ ਨੂੰ ਮਿਲਦੇ ਨੇ ਹਸਪਤਾਲਾਂ ਵਿੱਚ? ਹਸਪਤਾਲਾਂ ਜ਼ਿਆਦਾਤਰ ਤੁਹਾਨੂੰ ਜਿਵੇਂ ਮੈਂ ਦੱਸਿਆ ਕਲਾਸੀਕਲ ਡੇਂਗੂ ਹੀ ਆਉਂਦਾ, ਜਿਹਦੇ ਸਿਰਫ ਫੀਵਰ ਹੁੰਦਾ, ਬਾਡੀ ਐਕਸ ਹੁੰਦਾ, ਸਰੀਰ ਦੁਖਦਾ, ਸਿਰ ਦੁਖਦਾ ਹੈ ਅਤੇ ਨਾਲ ਪਲੇਟਲੈਟ ਸੈੱਲ ਘਟਦੇ ਹੈ, ਅਤੇ ਸਾਡੇ ਕੋਲ ਜ਼ਿਆਦਾਤਰ ਕਲਾਸੀਕਲ ਡੇਂਗੂ ਆਉਂਦਾ। ਤਾਂ ਕੁਛ ਪਰਸੈਂਟੇਜ ਆਫ ਕੇਸਿਸ ਸਾਡੇ ਕੋਲ ਡੇਂਗੂ, ਹੈਮਰੇਜਿਕ, DHF, DSS ਸ਼ੌਕ ਸਿੰਡਰੋਮ, ਜਿਹੜੇ ਡਿਫਰੈਂਟ ਸੀਰੋਟਾਈਪ ਹੈ, ਇਹ ਵੀ ਆਉਂਦਾ ਸਾਡੇ ਕੋਲ ਇੰਡੀਆ 'ਚ, ਇਹ ਵੀ ਕਾਫੀ ਹੈਗਾ। ਬਟ ਇਹ ਕੇਸਿਸ ਜਿਵੇਂ ਮੈਂ ਦੱਸਿਆ, ਇਹਨਾਂ ਨੂੰ ਸਿੱਧਾ ICU ਐਡਮਿਸ਼ਨ ਲੈਣਾ ਪੈਂਦਾ, ਔਰ ਇਹਨਾਂ ਦਾ ਸਰਵਾਈਵਲ ਰੇਟ ਬਹੁਤ ਜ਼ਿਆਦਾ ਨਹੀਂ ਅੱਛਾ ਹੁੰਦਾ ਕਈਆਂ ਦਾ। ਜੇ ਤਾਂ ਟਾਈਮਲੀ ਸਾਡੇ ਕੋਲ ਆ ਜਾਣ ਫਿਰ ਤਾਂ ਅਸੀਂ ਇਹਨਾਂ ਨੂੰ ਬਚਾ ਲੈਂਦੇ ਹਾਂ, ਪਰ ਕਾਫੀ ਵਾਰ ਹੁੰਦਾ ਕਿ ਇੱਕ ਤਾਂ ਲੇਟ ਪਹੁੰਚਦੇ ਹੈ, ਔਰ ਉਸ ਤੋਂ ਪਹਿਲਾਂ ਮਿਸਮੈਨੇਜਮੈਂਟ ਹੋਈ ਹੁੰਦੀ ਹੈ, ਜਿਹਦੇ ਕਾਰਨ ਇਹਨਾਂ ਦਾ ਬਚਾਅ ਮੁਸ਼ਕਿਲ ਹੋ ਜਾਂਦਾ। ਠੀਕ ਹੈ, ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ, ਹਾਂਜੀ, ਕੀ ਸਵਾਲ ਹੈ ਤੁਹਾਡਾ? ਸਵਾਲ ਪੁੱਤ ਮੇਰਾ ਇਹ ਹੈ, ਦੇਖੋ ਹੁਣ ਮੱਕੜੀ ਆ ਜਿਹੜੀ ਇਹ ਮੱਛਰ ਨੂੰ ਖਾਂਦੀ ਆ, ਮੱਕੜੀ ਜੀ ਜਾਲ ਜਾਲਾ ਪਾ ਲੈਂਦੀ ਆ ਆਪਦਾ। ਮੈਂ ਅੱਜ ਹੀ ਦੇਖਿਆ ਸਾਡੇ ਚੌਲਾਂ ਦੇ ਉੱਤੇ ਪੂਰਾ ਉਹਨੇ ਚਾਦਰੀ ਬਿਠਾ ਲੈਂਦੀ ਆ, ਮੱਛਰ ਸਿਰਫ 5-7 ਮਹੀਨੇ ਅਸੀਂ ਖਾ ਜਾਣਾ ਇਹਨੇ ਸਾਰਾ ਮੱਕੜੀ ਨੇ। ਇਹ ਆਪਣਾ ਸਾਡਾ ਕਿਸਾਨਾਂ ਦਾ ਮਿੱਤਰ ਕੀੜਾ ਇਹ ਜਿਹੜੀ ਮੱਕੜੀ ਆ, ਕਈ ਸਾਡੇ ਮਿੱਤਰ ਕੀੜੇ ਨੇ, ਜਦੋਂ ਅਸੀਂ ਸਪਰੇ ਮਾਰਦੇ ਹਾਂ ਉਹ ਵੀ ਮਰ ਜਾਂਦੇ ਨੇ ਦਵਾਈ ਨਾਲ, ਜ਼ਹਿਰੀਲੀ ਨਾਲ, ਜਾਣੀ ਹੁਣ ਮੱਛਰ ਖਤਮ ਹੋ ਰਹੇ ਆ। ਬਾਕੀ ਜਿਹੜੇ ਦਵਾਈਆਂ ਡਾਕਟਰ ਸਾਹਿਬ ਦੱਸ ਰਹੇ ਨੇ ਇਹ ਹਸਪਤਾਲਾਂ ਦੇ ਵਿੱਚ ਫ੍ਰੀ ਦੇਣੀਆਂ ਚਾਹੀਦੀਆਂ ਨੇ, ਫ੍ਰੀ ਦਵਾਈਆਂ ਅਜੇ ਮਿਲਦੀਆਂ ਨੀ ਹਸਪਤਾਲਾਂ ਦੇ ਵਿੱਚ। ਇਹ ਡਾਕਟਰ ਸਾਹਿਬ ਨੂੰ ਬੇਨਤੀ ਆ ਵੀ ਜ਼ਰੂਰੀ ਕਹਿਣ ਮਹਿਕਮੇ ਨੂੰ ਵੀ ਹਸਪਤਾਲਾਂ ਵਿੱਚੋਂ ਹਰ ਇੱਕ ਮਰੀਜ਼ ਨੂੰ ਫ੍ਰੀ ਦਵਾਈ ਮਿਲੇ, ਇੰਨੇ ਕਹਿਣਾ ਬਸ ਬਸ ਜੀ। ਠੀਕ ਹੈ, ਸ਼ੁਕਰੀਆ, ਅਸੀਂ ਤੁਹਾਡੀ ਇਹ ਸਾਰੀ ਸਵਾਲ ਦਾ ਜਵਾਬ ਵੀ ਜ਼ਰੂਰ ਦੇਵਾਂਗੇ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਕਾਲਰ ਦੇ ਵੱਲੋਂ ਪੁੱਛਿਆ ਗਿਆ ਕਿ ਹਸਪਤਾਲਾਂ ਦੇ ਵਿੱਚ ਡੇਂਗੂ ਦੇ ਮਾਮਲੇ ਤਾਂ ਵੱਧ ਰਹੇ ਨੇ, ਲੇਕਿਨ ਗੌਰਮੈਂਟ ਦੇ ਵੱਲੋਂ ਕੀ ਸਹੂਲਤ ਦਿੱਤੀ ਜਾ ਰਹੀ ਹੈ ਇੱਥੇ ਮਰੀਜ਼ਾਂ ਨੂੰ ਕਿ ਜੋ ਦਵਾਈਆਂ ਨਹੀਂ ਖਰੀਦ ਸਕਦੇ ਜਾਂ ਉਹਨਾਂ ਦੇ ਇਲਾਜ ਦੇ ਲਈ ਗੌਰਮੈਂਟ ਕੀ ਸਹੂਲਤ ਦਿੰਦੀ ਹੈ ਹਸਪਤਾਲਾਂ ਵਿੱਚ? ਦੇਖੋ ਇਸ ਤਰ੍ਹਾਂ ਜੀ, ਮੈਂ ਤਾਂ ਅਸੀਂ ਕੰਮ ਕਰਦੇ ਹਾਂ, ਮੈਂ ਤਾਂ ਕੰਮ ਕਰ ਰਿਹਾ ਪ੍ਰਾਈਵੇਟ ਹਸਪਤਾਲ 'ਚ। ਹੁਣ ਪ੍ਰਾਈਵੇਟ ਹਸਪਤਾਲ 'ਚ ਤਾਂ ਗੌਰਮੈਂਟ ਦੀਆਂ ਸਕੀਮਸ ਹੈ, ਗੌਰਮੈਂਟ ਦੇ ਜਿਹੜੇ ਇੰਬੈਲਮੈਂਟ ਸਕੀਮਸ ਹੈ ਜਿਹੜੇ ਉਹਨਾਂ ਸਕੀਮਾਂ ਦੇ ਅੰਡਰ ਆਉਂਦੇ ਹੈ, ਉਹਨਾਂ ਨੂੰ ਤਾਂ ਜੋ ਵੀ ਗੌਰਮੈਂਟ ਨਾਲ ਟਾਈ ਅਪਸ ਹੈ ਹਸਪਤਾਲਾਂ ਦੇ, ਸਾਡੇ ਕਾਰਪੋਰੇਟ ਹਸਪਤਾਲਾਂ ਦੇ, ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਇਲਾਜ ਦਿੱਤਾ ਜਾਂਦਾ। ਬਟ ਡੇਂਗੂ ਦਾ ਮੈਂ ਫਿਰ ਗੱਲ ਕਰਾਂਗਾ, ਡੇਂਗੂ ਦੀ ਕੋਈ ਦਵਾਈ ਕੋਈ ਮਹਿੰਗੀ ਨਹੀਂ ਹੈ,
ਡੇਂਗੂ 'ਚ ਤਾਂ ਇੱਕ ਸਿਰਫ ਇੱਕੋ ਹੀ ਦਵਾਈ ਅਸੀਂ ਕਹਿੰਦੇ ਹਾਂ, ਉਹ ਵੀ ਪੈਰਾਸੀਟਾਮੋਲ ਦੀ ਗੋਲੀ। ਪੈਰਾਸੀਟਾਮੋਲ ਦੀ ਗੋਲੀ ਹੀ ਦੇਣੀ ਹੈ ਜਦੋਂ ਬੁਖਾਰ ਹੈ, ਸਰੀਰ ਦੁਖਦਾ, ਕੋਈ ਵੀ ਹੋਰ ਦਵਾਈ ਦੇਣ ਦੀ ਲੋੜ ਨਹੀਂ ਹੈਗੀ। ਕਈ ਲੋਕ ਕੀ ਕਰ ਰਹੇ ਹੈ, ਅੱਜ ਕੱਲ੍ਹ ਦੇਖਣ ਨੂੰ ਮਿਲਦਾ ਕਿ ਕਈ ਕੰਪਨੀਜ਼ ਜਾਂ ਕਈ ਡਾਕਟਰ ਵੀ ਟ੍ਰੇਡ 'ਚ ਲਿਖ ਰਹੇ ਹੈ, ਜਿਹੜੀ ਕੁਛ ਟੈਬਲੇਟਸ ਲਿਖਦੇ ਹੈ ਜਿਨ੍ਹਾਂ ਦਾ ਕੋਈ ਐਡਵਾਂਟੇਜ ਨਹੀਂ ਹੈ, ਕੋਈ ਯੂਜ਼ ਕਿ ਇਹ ਸੈੱਲ ਵਧਾ ਦੇਣੀ ਹੈ। ਸੈੱਲ ਇੱਦਾਂ ਨਹੀਂ ਵਧਣੇ, ਸੈੱਲ ਆਟੋਮੈਟਿਕਲੀ ਬਾਡੀ ਨੇ ਹਫ਼ਤੇ ਬਾਅਦ ਆਪੇ ਨਵੇਂ ਬਣਾਉਣੇ ਹੈ, ਤਦ ਹੀ ਵਧਣੇ ਹੈ। ਕੋਈ ਵੀ ਤੁਹਾਨੂੰ ਮਹਿੰਗੀ ਦਵਾਈ ਲੈਣ ਦਾ ਇਹਦੇ 'ਚ ਕੋਈ ਫਾਇਦਾ ਨਹੀਂ ਹੈ। ਸਿਰਫ ਪੈਰਾਸੀਟਾਮੋਲ ਲਓ, ਆਪਣੀ ਡਾਇਟ ਦਾ ਧਿਆਨ ਰੱਖੋ ਅਤੇ ਨਾਲ ਆਪਣਾ ਪਾਣੀ ਦਾ ਧਿਆਨ ਰੱਖੋ ਤਾਂ ਕਿ ਡੀਹਾਈਡਰੇਸ਼ਨ ਨਾ ਹੋਵੇ। ਡੇਂਗੂ ਨੇ ਹਫ਼ਤੇ ਬਾਅਦ ਆਟੋਮੈਟਿਕਲੀ ਰਿਕਵਰ ਕਰ ਜਾਣਾ, ਬਟ ਸੈੱਲ ਜ਼ਰੂਰ ਮੋਨੀਟਰ ਕਰਨੇ ਆ ਡੇਲੀ ਬੇਸਿਸ 'ਤੇ। ਸੈੱਲਸ ਘੱਟਦੇ ਹੀ, 50,000 ਤੋਂ ਘੱਟਦੇ ਹੀ ਆਪਣੇ ਡਾਕਟਰ ਨਾਲ ਸਲਾਹ ਕਰੋ, ਔਰ ਜਿੱਦਾਂ ਹੀ ਉਹਨੂੰ ਲੱਗੇਗਾ ਐਡਮਿਸ਼ਨ ਦਾ 10,000 ਜਾਂ 20,000 'ਤੇ, ਜਿੱਦਾਂ ਵੀ ਉਹਨੂੰ ਲੱਗੇਗਾ ਉਹ ਹੋਸਪਿਟਲ ਐਡਮਿਟ ਕਰੇਗਾ ਅਤੇ ਨਾਲ ਤੁਹਾਨੂੰ ਪਲੇਟਲੈਟ ਟ੍ਰਾਂਸਫਿਊਜ਼ ਕਰੇਗਾ। ਅਤੇ ਇਹੀ ਇਹਦੇ 'ਚ ਡੇਂਗੂ 'ਚ ਹੈ। ਔਰ ਦੂਸਰੀ ਗੱਲ ਇੱਕ ਮੈਂ ਹੋਰ ਫਿਰ ਕਹਿਣਾ ਚਾਹਾਂਗਾ, ਲੋਕ ਅੱਜ ਕੱਲ੍ਹ ਕੀ ਕਰਦੇ ਹੈ ਕਿ ਬੜੇ ਮਿਥਸ ਹੈ ਚੱਲ ਰਹੇ ਕਿ ਬੱਕਰੀ ਦਾ ਦੁੱਧ ਦੇ ਦਿੰਦੇ ਹਾਂ ਜੀ, ਅਸੀਂ ਕੀਵੀ ਦਾ ਫਰੂਟ ਖਵਾ ਦਿੰਦੇ ਹਾਂ ਜਿਹਦੇ ਨਾਲ ਸੈੱਲ ਵੱਧ ਜਾਣਗੇ। ਇਹਨਾਂ ਚੀਜ਼ਾਂ ਦਾ ਡੇਂਗੂ 'ਚ ਕੋਈ ਫਾਇਦਾ ਨਹੀਂ ਹੈ। ਬੱਕਰੀ ਦਾ ਦੁੱਧ ਪਹਿਲੀ ਗੱਲ ਤਾਂ ਅਨਪਾਸਚੁਰਾਈਜ਼ ਮਿਲਕ ਮਿਲਦਾ ਹੈ, ਜਿਹਦੇ ਨਾਲ ਅਸੀਂ ਇਨਫੈਕਸ਼ਨ ਜ਼ਿਆਦਾ ਦੇਖ ਰਹੇ ਹਾਂ ਪੇਸ਼ੈਂਟ ਨਾਲ। ਡੇਂਗੂ ਦੇ ਸੀਜ਼ਨ 'ਚ ਕਾਫ਼ੀ ਲੋਕ ਬੱਕਰੀ ਪੀ ਕੇ ਆ ਜਾਂਦੇ ਹੈ, ਸੈੱਲ ਤਾਂ ਬਦਲੇ ਨਹੀਂ ਪਰ ਉਹਨਾਂ ਨੂੰ ਇਨਫੈਕਸ਼ਨਸ ਨਾਲ ਹੋ ਜਾਂਦੀਆਂ ਬਿਕੋਜ਼ ਅਨਪਾਸਚੁਰਾਈਜ਼ ਮਿਲਕ ਹੈ। ਉਸ ਤੋਂ ਬਾਅਦ ਸੈਕਿੰਡਲੀ ਕੀਵੀ ਫਰੂਟ, ਠੀਕ ਹੈ ਕੀਵੀ ਫਰੂਟ ਨਹੀਂ ਅਸੀਂ ਮਨਾ ਕਰਦੇ, ਕੀਵੀ ਫਰੂਟ ਤੁਸੀਂ ਦੇਣਾ ਚਾਹੁੰਦੇ ਹੋ ਦਿਓ ਮਰੀਜ਼ ਨੂੰ, ਬਟ ਸੈੱਲ ਨੇ ਆਪਣਾ ਟਾਈਮ ਲੈਣਾ ਹੀ ਲੈਣਾ। ਮੈਂ ਫਿਰ ਰਿਪੀਟ ਕਰਾਂਗਾ, ਪਲੇਟਲੈਟ ਦੀ ਹਾਫ ਲਾਈਫ 7 ਡੇਜ਼ ਹੈ ਸਾਡੇ ਬੋਡੀ ਦੇ ਅੰਦਰ। ਆਟੋਮੈਟਿਕਲੀ ਸਭ 'ਤੇ ਚੇਂਜ ਹੋ ਰਿਹਾ, ਰਿਪਲੇਸ ਹੋ ਰਿਹਾ, ਨਵੇਂ ਬੰਦੇ ਜਾਂਦੇ ਹਨ ਹਰ ਹਫ਼ਤੇ 10 ਦਿਨ ਬਾਅਦ, ਅਤੇ ਉਹ ਸਾਈਕਲ ਉਹਨੇ ਲੈਣਾ ਹੀ ਲੈਣਾ। ਉਸ ਤੋਂ ਪਹਿਲਾਂ ਕੋਈ ਵੀ ਚੀਜ਼, ਕੋਈ ਵੀ ਆਲਟਰਨੇਟਿਵ ਸਿਸਟਮ ਜਾਂ ਕੋਈ ਵੀ ਮੈਡੀਸਨ ਪਲੇਟਲੈਟ ਹਫ਼ਤੇ ਤੋਂ ਪਹਿਲਾਂ ਨਹੀਂ ਵਧਾ ਸਕਦੀ ਜੀ। ਪਲੇਟਲੈਟ ਡੇਂਗੂ ਤੁਹਾਡੇ 8ਵੇਂ 9ਵੇਂ ਦਿਨ ਤੋਂ ਬਾਅਦ ਹੀ ਵਧਣੇ ਹੈ, ਫਰੋਮ ਦਾ ਡੇ ਆਫ ਫਸਟ ਡੇ ਆਫ ਫੀਵਰ ਜੀ। ਠੀਕ ਹੈ, ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਸਵਾਲ ਜਾਣਦੇ ਆ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਤੂੰ ਟਾਟਾ ਨਗਰ ਤੋਂ ਬੋਲ ਰਿਹਾ ਹੈ? ਹਾਂਜੀ, ਝਾਰਖੰਡ ਟਾਟਾ ਨਗਰ ਜਮਸ਼ੇਦਪੁਰ ਤੋਂ ਬੋਲ ਰਿਹਾ ਮੈਂ। ਹਾਂਜੀ, ਤੁਸੀਂ ਆਪਣਾ ਸਵਾਲ ਦੱਸੋ। ਸਾਡਾ ਮੇਰਾ ਸਵਾਲ ਇਹ ਹੈ ਕਿ ਉਹ ਅਨੰਦਪੁਰ ਸਾਹਿਬ ਤੋਂ ਜਿਹੜਾ ਬ੍ਰੌਡਕਾਸਟ ਆ ਰਿਹਾ ਹੈ, ਉਹਨਾਂ ਦੇ ਨਾਲ ਮੈਂ ਗੱਲਬਾਤ ਕਰਨੀ ਚਾਹੁੰਦਾ ਸੀ, ਉਹਨਾਂ ਦਾ ਕੋਈ ਨੰਬਰ ਤੁਸੀਂ ਦੇ ਸਕੋਗੇ ਅਨੰਦਪੁਰ ਸਾਹਿਬ ਦਾ? ਦੇਖੋ, ਅਸੀਂ ਡੇਂਗੂ ਬਾਰੇ ਗੱਲਬਾਤ ਕਰ ਰਹੇ ਹਾਂ, ਲੇਕਿਨ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਅਜਿਹੀ ਜਾਣਕਾਰੀ ਨਹੀਂ ਦੇ ਸਕਦੇ। ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ, ਤਾਂ ਜ਼ਰੂਰ ਅਸੀਂ ਤੁਹਾਡੀ ਮਦਦ ਜ਼ਰੂਰ ਕਰਾਂਗੇ। ਸੋ ਫਿਲਹਾਲ ਦੇ ਲਈ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਤਾਂ ਬਿਲਕੁਲ ਡੇਂਗੂ ਦੇ ਬੁਖਾਰ ਦੀ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਨੇ ਘਰੇਲੂ ਜਿਹੜੀਆਂ ਤੁਸੀਂ ਦੱਸਿਆ ਕਿ ਕੋਈ ਬੱਕਰੀ ਦਾ ਦੁੱਧ ਪੀ ਕੇ ਆਉਂਦਾ ਜਾਂ ਫਿਰ ਕੀਵੀ ਫਰੂਟ ਬਾਰੇ ਜਿਹੜੀ ਇੱਕ ਮਿਥ ਹੈ, ਲੇਕਿਨ ਕੀ ਉਹਨਾਂ ਨੂੰ ਕਰਨਾ ਚਾਹੀਦਾ? ਕੀ ਇਸਦਾ ਕੋਈ ਘਰੇਲੂ ਇਲਾਜ ਪੋਸੀਬਲ ਹੈਗਾ ਜੇਕਰ ਕਿਸੇ ਨੂੰ ਡੇਂਗੂ ਦਾ ਬੁਖਾਰ ਹੁੰਦਾ ਅਤੇ ਜ਼ਿਆਦਾ ਸਥਿਤੀ ਵਿਗੜ ਜਾਂਦੀ ਹੈ? ਦੇਖੋ ਇੱਦਾਂ ਹੈ, ਡੇਂਗੂ ਮੈਂ ਫਿਰ ਇੱਕ ਸੈਲਫ ਲਿਮਿਟਿੰਗ ਡਿਜ਼ੀਜ਼ ਹੈ ਕਿ ਆਪੇ ਹੀ ਠੀਕ ਹੋਣੀ ਹੈ, ਬੋਡੀ ਦੀ ਇਮਿਊਨਿਟੀ ਨਾਲ ਹੀ ਠੀਕ ਹੋਣੀ ਹੈ। ਉਹ ਸਾਰੀ ਚੀਜ਼ਾਂ ਜਿਹਦੇ ਨਾਲ ਸਾਡੀ ਇਮਿਊਨਿਟੀ ਵਧੇਗੀ ਬੋਡੀ ਦੀ, ਉਹ ਚੀਜ਼ਾਂ ਕਰਨੀਆਂ ਚਾਹੀਦੀਆਂ। ਇਨ ਦੀ ਸੈਂਸ ਕਿ ਬੈਲੈਂਸ ਡਾਇਟ, ਆਪਣੀ ਡਾਇਟ ਪ੍ਰੋਪਰ ਰੱਖੋ, ਕੋਈ ਵੀ ਬਾਹਰ ਦੀ ਚੀਜ਼ ਨਾ ਕਹੋ, ਹੋਮ ਕੁਕਡ ਫੂਡ, ਘਰ ਦਾ ਖਾਣਾ ਪੀਣਾ, ਫਰੂਟ ਵੈਜੀਟੇਬਲ ਸਭ ਕੁਝ ਖਾ ਸਕਦੇ ਹੋ ਤੁਸੀਂ ਘਰ 'ਚ, ਆਪਣੇ ਘਰ 'ਚ, ਔਰ ਸਾਫ਼ ਸਫਾਈ ਦੇ ਨਾਲ, ਸਾਫ਼ ਸਫਾਈ ਦਾ ਧਿਆਨ ਰੱਖਦੇ ਹੋ, ਬਿਕੋਜ਼ ਇਹ ਵਾਇਰਲ ਇਨਫੈਕਸ਼ਨ ਹੈ। ਕਾਫ਼ੀ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਮਰੀਜ਼ ਸੈਕੰਡਰੀ ਇਨਫੈਕਸ਼ਨ ਨਾਲ ਆ ਜਾਂਦਾ ਕਿ ਉਹਨੂੰ ਅੰਡਰਲਾਈਨ ਡੇਂਗੂ ਦਾ ਚੱਲ ਰਿਹਾ ਹੁੰਦਾ, ਲੇਕਿਨ ਉਹ ਖਾਣ ਪੀਣ ਦੀਆਂ ਚੀਜ਼ਾਂ ਕੁਝ ਐਸੀ ਚੀਜ਼ਾਂ ਖਾ ਲੈਂਦਾ ਕੁਝ ਐਸਾ ਜਿਹਦੇ ਕਾਰਨ ਉਹਨੂੰ ਹੋਰ ਇਨਫੈਕਸ਼ਨ ਹੋ ਜਾਂਦੀ ਹੈ, ਫਿਰ ਤੁਹਾਨੂੰ ਐਂਟੀਬਾਇਓਟਿਕਸ ਵਗੈਰਾ ਦਾ ਵੀ ਯੂਜ਼ ਕਰਨਾ ਪੈਂਦਾ। ਅਦਰਵਾਈਜ਼ ਡੇਂਗੂ ਵਿੱਚ ਇੱਕ ਵਾਇਰਲ ਇਲਨੈਸ ਹੈ, ਇਹਦੀ ਐਸ ਸੱਚ ਕੋਈ ਦਵਾਈ ਨਹੀਂ ਹੈ, ਸਿਰਫ ਸਿਮਟੋਮੈਟਿਕ ਟ੍ਰੀਟਮੈਂਟ ਹੈ। ਆਪਣੇ ਬੋਡੀ ਦਾ ਪਾਣੀ ਦਾ ਧਿਆਨ ਰੱਖਣਾ, ਡੀਹਾਈਡਰੇਸ਼ਨ ਨਹੀਂ ਹੁੰਦੇ ਨਹੀਂ,
ਕੋਈ ਐਂਟੀਬਾਇਓਟਿਕ ਲੈਣ ਦੀ ਇਹਦੇ ਵਿੱਚ ਲੋੜ ਨਹੀਂ ਹੁੰਦੀ। ਹਫ਼ਤੇ ਦੇ ਬਾਅਦ 8ਵੇਂ ਦਿਨ ਆਪਣੇ ਆਪ ਵੱਧ ਜਾਣਾ। ਅਗਰ ਤੁਸੀਂ ਮਰੀਜ਼ ਦਾ ਫੀਵਰ ਕੰਟਰੋਲ ਰੱਖੋਗੇ, ਉਹਨੂੰ ਡੀਹਾਈਡਰੇਸ਼ਨ ਨਹੀਂ ਹੋਣ ਦਿਓਗੇ, ਚਾਹੇ ਪੈਰਾਸੀਟਾਮੋਲ ਨਾਲ ਜਾਂ ਠੰਡੀ ਪੱਟੀਆਂ ਦੇ ਨਾਲ ਗਰਭ ਉਹਦੇ ਨਾਲ ਫੀਵਰ ਉਤਾਰ ਕੇ ਰੱਖੋਗੇ, ਉਹਦੀ ਡਾਇਟ ਦਾ ਪ੍ਰੋਪਰ ਧਿਆਨ ਰੱਖੋਗੇ, ਡਾਇਟ ਉਹ ਪ੍ਰੋਪਰ 3 ਟਾਈਮ ਖਾਏਗਾ, ਅਤੇ ਇਹਦੇ 'ਚ ਕੰਪਲੀਕੇਸ਼ਨ ਦੇ ਚਾਂਸਿਸ ਬਹੁਤ ਘੱਟ ਹੁੰਦੇ। ਕਲਾਸੀਕਲ ਡੇਂਗੂ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਜੀ। ਠੀਕ ਹੈ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਨਾਲ, ਖਾਸ ਗੱਲਬਾਤ ਕੀਤੀ, ਸਾਡੇ ਦਰਸ਼ਕਾਂ ਦੇ ਲਈ ਕੀਮਤੀ ਸਮਾਂ ਕੱਢਿਆ, ਤੁਹਾਡੇ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਜੁੜਨ ਦੇ ਲਈ। ਸੋ ਅਸੀਂ ਵੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਹਰੇਕ ਜਿਹੜੀ ਬਿਮਾਰੀ ਹੈ ਉਸਦੇ ਬਾਰੇ ਤੁਹਾਨੂੰ ਜਾਗਰੂਕ ਕਰੀਏ। ਉਮੀਦ ਕਰਦੇ ਹਾਂ ਕਿ ਅੱਜ ਡੇਂਗੂ ਦੇ ਮਾਮਲੇ ਨੂੰ ਲੈ ਕੇ ਤੁਹਾਡੇ ਜਿੰਨੇ ਵੀ ਡਾਊਟਸ ਹੋਣਗੇ, ਸਭ ਤੋਂ ਪਹਿਲਾਂ ਤਾਂ ਜੋ ਡਾਕਟਰ ਸਾਹਿਬ ਨੇ ਵੀ ਗੱਲ ਕਹੀ ਹੈ ਕਿ ਤੁਸੀਂ ਘਰੇਲੂ ਇਲਾਜ ਨਾ ਕਰੋ, ਜੇਕਰ ਡੇਂਗੂ ਦੇ ਲੱਛਣ ਦਿਖਾਈ ਦਿੰਦੇ ਨੇ ਤਾਂ ਸਥਿਤੀ ਨਾ ਵਿਗੜੇ, ਇਸ ਤੋਂ ਪਹਿਲਾਂ ਜ਼ਰੂਰ ਆਪਣੇ ਨਜ਼ਦੀਕੀ ਡਾਕਟਰ ਦੇ ਨਾਲ ਸੰਪਰਕ ਕਰੋ। ਸੋ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਤੇ ਤੁਸੀਂ ਲਗਾਤਾਰ ਜੁੜੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ।